ਐਟਮੋਸਫੇਅਰ ਲਾਈਟ ਸੀਗੀਆਂ ਅੰਦਰਲੇ ਪਾਸੇ, ਇੱਕ ਸੀਗੀਆਂ ਵੀਲ ਵਾਲੀਆਂ, ਤਾਂ ਵੀਲ ਵਾਲੀ ਲਾਈਟਿੰਗ ਆਪਾਂ ਨੂੰ ਪਈ ਸੀ ਅਰਾਊਂਡ। ਬਾਈ ਹੁਣ ਨੇ ਆਪਾਂ ਨੂੰ ਹੋਰ ਵੀ ਸੁਜੈਸਟ ਕੀਤੇ ਨੇ ਲਾਈਟਾਂ ਕਿ ਉਹ ਵਾਲੀਆਂ ਲਗਾ ਲਓ, ਕਿਉਂਕਿ ਇਹਨਾਂ ਦੀ ਥੋੜ੍ਹੀ ਗ੍ਰੇਸ ਘੱਟ ਹੋਊਗੀ, ਬਟ ਆਪਾਂ ਨੂੰ ਹਜੇ ਪਤਾ ਨਹੀਂ, ਆਪਾਂ ਲਵਾ ਕੇ ਟੈਸਟ ਕਰਾਂਗੇ। ਉਹ ਯਾਰ ਤੁਸੀਂ ਚੀਜ਼ ਤਾਂ ਦੇਖੋ, ਇੱਕ ਵਾਰੀ ਗਾਲਾਂ ਬਾਹਰ ਚੋਂ ਕੱਢ ਲਿਓ। फिर स्वागत है मैं अपने उचित चैनल दे विच, जिहदा नाम है बीइंग ब्रांड। ते अज दे व्लॉग विच यार सब नाल पहले तां स्टार्टिंग ही बहुत माड़ी हुई आ, क्योंकि जिहड़ा आ बंदा वा ना, ਇਹ ਬੰਦੇ ਨੇ ਗੱਡੀ ਸਿੱਖਦੇ ਸਿੱਖਦੇ ਨੇ ਝਰੀਟ ਪਾਤੀ, ਤੇ ਇਹਨੇ ਝਰੀਟਾਂ, ਇਹਨੇ ਝਰੀਟਾਂ, ਤੇ ਇਹ ਬੰਦਾ ਜਿਹੜਾ ਇਹ ਹੁੰਦਾ ਉਸਤਾਦ ਸੀਗਾ ਉਸ ਟਾਈਮ। ਵੀਰੇ ਗਲਤੀ ਇਹ ਵੀ ਹੈ, ਝਰੀਟਾਂ ਤਾਂ ਪੈਣੀ ਪੈਣੀ, ਉਸਤਾਦ ਜੀ ਤਾਂ ਦੇਖ ਲਓ ਕਿੱਡੇ ਮਹਾਨ ਨੇ। ਗਾਈਜ਼ ਕੀਤੇ ਬੜੇ ਗੁਨਾਹ ਮੈਂ, ਪਰ ਨਹੀਂ ਸ਼ਰਮਿੰਦਾ, ਸ਼ਰਮਿੰਦਾ ਨਹੀਂ, ਤਾਂ ਨਹੀਂ ਹੈਗਾ, ਸ਼ਰਮਿੰਦਾ ਨਹੀਂ। ਉਲਟਾ ਨਾ ਉਲਟਾ ਹੱਸ ਹੱਸ ਕੇ ਮੈਨੂੰ ਨਾ, ਤੂੰ ਵੀ ਤਾਂ ਪਾਈਆਂ ਹੀ ਆ, ਦੱਸ ਮੈਨੂੰ ਕੁੱਟ ਵੀ ਨਹੀਂ ਸਕਦਾ, ਇਹ ਘਰੇ ਦੱਸੂਗਾ ਇਹ, ਫਿਰ ਮੇਰੇ ਪਹਿਣਗੇ। ਗਾਈਜ਼ ਹੁਣ ਸਿੱਖਦੇ ਆ, ਪੈਣੀਆਂ ਤਾਂ ਹੈਗੀਆਂ ਹੀ ਆ ਯਾਰ, ਹੱਥ ਤੇ ਖਾ ਲੈ, ਪੈਣੀਆਂ ਤਾਂ ਤੇਰੇ ਹੈਗੀ ਹੀ ਆ, ਪੈਣੀਆਂ ਕੇ ਝਰੀਟਾਂ ਆ। ਸਹੀ ਗੱਲ ਆ, ਤਾਂ ਯਾਰ ਤੇਰੀ ਝਰੀਟਾਂ ਪੈਣੀਆਂ। ਅੱਜ ਦੇ ਵਲੌਗ ਵਿੱਚ ਆਪਾਂ ਕਰਾਉਣ ਵਾਲੇ ਆ ਮੋਡੀਫਿਕੇਸ਼ਨ, ਤੁਹਾਨੂੰ ਪਤਾ ਮੈਂ ਤਾਂ ਸਾਰੀ ਗੱਲ ਟੈਰਾਂ ਦੀ ਲਾਈਟਾਂ ਦਾ ਪਵਾ ਲਈਆਂ, ਆਪਾਂ ਵਧੀਆ ਲੱਗਿਆ ਹੁਣ ਸਾਰਿਆਂ ਨੂੰ, ਬਹੁਤ ਵਧੀਆ ਲੱਗਿਆ ਸਾਨੂੰ ਵੀ, ਹੈ ਨਾ। ਤੇ ਹੁਣ ਥੱਲੇ ਲਾਈਟਾਂ, ਤੇ ਵਾਰੀ ਗੱਡੀ ਧਵਾ ਕੇ ਲੈ ਕੇ ਆਉਣਾ, ਗੰਦੀ ਬਾਹਲੀ ਹੋਈ, ਗਦਾਰੀ ਕੀਤੀ ਗਾਈਜ਼ ਨੇ ਮੇਰੇ ਨਾਲ, ਰੁੰਗਾ ਵਾਲਾ ਦੱਸਣਾ ਵਾ, ਝੂਠ ਕੇ ਬੋਲਣਾ ਨੂੰ। ਕਈ ਆਪਣੇ ਵੀਰ ਆਪਣੇ ਸੁਜੈਸਟ ਕਰਦੇ ਆ ਕਿ ਮਹੀਨੇ ਬਾਅਦ ਧਵਾਇਆ ਕਰੋ, ਬਟ ਕੀ ਕਰੀਏ ਯਾਰ, ਗੰਦੀ ਹੋ ਜਾਂਦੀ ਆ। ਫਿਰ ਨੂੰ ਗਾਈਜ਼ ਗੱਲ ਦੱਸਦੇ ਆਪਣੇ ਆਹ ਬੰਦੇ ਦੀ, ਮਤਲਬ ਅਸੀਂ ਇਹਨੂੰ ਨਹੀਂ ਰੱਖਿਆ, ਇਹਨੇ ਸਾਨੂੰ ਰੱਖਿਆ ਹੋਇਆ ਵਾ ਨਜ਼ਾਰਿਆਂ ਨੂੰ, ਪਹਿਲਾਂ ਸਾਡੀ ਸਾਰੀ ਯੂਟਿਊਬ ਦੀ ਪੇਮੈਂਟ ਖਾ ਜਾਂਦਾ ਹੈ, ਦੂਜਾ ਠੀਕ ਆ, ਦੂਜਾ ਇਹਨੂੰ ਗੱਡੀ 'ਚ ਛੱਡ ਕੇ ਉਹਨਾਂ ਕਿਤੇ ਵੀ ਆਉਣ ਜਾਣਾ, ਸਕੂਟਰੀ ਤਾਂ ਜਾਂਦਾ ਨਹੀਂ, ਕਿਤੇ ਮੈਂ ਬਹਿਣਾ ਹੀ ਨਹੀਂ। ਐਂ ਤਾਂ ਪੱਕਾ ਡਰਾਈਵਰ ਆ, ਔਰ ਪਿੱਛੇ ਕੈਮਰਾ ਵੀ ਲਵਾਉਣਾ ਵਾ ਉਹਦੇ, ਹਾਂ ਲਵਾਉਣਾ ਯਾਰ, ਲੋਡ ਆ ਸੀਸੀਟੀਵੀ, ਤੇ ਇੱਕ ਆਪਣੀ ਚ ਬਾਕੀ ਲਾਈਟਾਂ ਤਾਂ ਨਹੀਂ ਖਰਾਬ ਹੁੰਦੀਆਂ, ਨਹੀਂ ਉਹ ਨਹੀਂ ਹੁੰਦੀਆਂ। ਹੁਣ ਗੱਡੀ ਧਵਾਉਣ ਤੋਂ ਬਾਅਦ ਆਪਾਂ ਚੱਲਦੇ ਹਾਂ, ਪਰ 6 ਵੱਜ ਚੁੱਕਿਆ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਬਾਈ ਹੁਣੀ ਲਾਈਟਾਂ ਲਾਉਣਗੇ ਜਾਂ ਨਹੀਂ ਲਾਉਣਗੇ, ਕਿਉਂਕਿ ਆਪਾਂ ਹਮੇਸ਼ਾ ਲੇਟ ਹੀ ਆਉਂਦੇ ਹਾਂ, ਬੰਦਾ ਜਾਂਦਾ 2 ਵਜੇ 3 ਵਜੇ ਕੰਮ ਕਰਾਉਂਦਾ, ਇਹ 6 ਵਜੇ ਪੱਗਾਂ ਪੁੱਗਾਂ ਬੰਨ ਕੇ ਆ ਜਾਂਦੇ ਹੋ ਤੁਸੀਂ, ਤੁਹਾਨੂੰ ਸਮਝ ਨਹੀਂ ਆਉਂਦੀ ਕਿ ਉਹ ਸਵੇਰੇ ਨਹੀਂ ਲੱਗਦਾ ਕੰਮ ਜਲਦੀ ਆਈਏ। ਝਰੀਟ ਪਾਤੀ ਇੱਥੇ ਯਾਰ, ਇਹਨੇ ਇੱਧਰਲੇ ਪਾਸੇ ਝਰੀਟ ਪਾਈ ਆ, ਉੱਪਰਲੇ ਪਾਸੇ ਪਈ ਆ, ਸੱਚ ਬਹੁਤ ਗਲਤ ਗੱਲ, ਦਿਲ 'ਤੇ ਲੱਗਦੀ ਆ। ਹੁਣ ਦਿਖਾਉਂਦਾ ਵਾ ਕਿੱਥੇ ਆ ਜਾਓ, ਹਾਂ ਦੇ, ਹਾਂਜੀ ਜੀ, ਜਿਹੜਾ ਕੋਈ ਵੀ ਦੇਖਿਆ ਕਰੂ, ਮੈਂ ਅੱਗੇ ਐਂ ਹੋ ਜਾ ਕਰੂੰਗਾ, ਹੋਰ ਦੱਸ ਕਿੰਨਾ ਕੁ ਟਾਈਮ ਹੋ ਜਾਏਗਾ, ਚੱਲਦੀ ਗੱਡੀ 'ਚ ਹੋ ਜਾਏਗਾ, ਬਾਰੀ 'ਚੋਂ ਨਿਕਲ ਕੇ ਐਂ ਹੋ ਜਾਏਗਾ। ਹਾਂ ਸੁਪਰਮੈਨ ਦਾ ਕੋਰਸ ਕੀਤਾ ਤੂੰ, ਲਾਈਵ ਵੀਲਸ ਦੇਖੋ ਬਾਈ, ਇਹ ਹੁੰਦੇ ਆ ਸ਼ੌਂਕ ਬਾਈ, ਮੋਡੀਫਿਕੇਸ਼ਨ ਤਾਂ ਨਾ ਇਹੋ ਜਿਹੀਆਂ ਗੱਡੀਆਂ ਕਰਾਉਣ ਦਾ ਹੀ ਸਵਾਦ ਆਉਂਦਾ। ਹੁਣ ਮੰਨ ਕੇ ਚੱਲੋ BMW ਵਿੱਚ ਮੈਂ ਇਹੋ ਜਿਹੀ ਲਾਈਟ ਥੋੜ੍ਹੀ ਲਵਾਉਂਗਾ, ਜਿਵੇਂ ਬਾਈ ਚਾਂਸ ਲੈ ਲਈ। ਬਾਈ ਦੇ ਲਾਈਟਾਂ 'ਤੇ ਪ੍ਰੈਸ਼ਰ ਮਾਰਿਆ, ਮੈਂ ਬਾਈ ਨੂੰ ਕਿਹਾ, ਮੈਂ ਕਿਹਾ ਲਾਈਟਾਂ ਲੱਗੀਆਂ ਨੇ, ਕੱਲ੍ਹ ਪਰਸੋਂ ਲਵਾਈਆਂ ਨੇ, ਵੀ ਲਾਈਟਾਂ 'ਤੇ ਟਕਾ ਕੇ ਨਾ ਪ੍ਰੈਸ਼ਰ ਮਾਰਿਓ। ਅੱਜ ਨੈਕਸਟ ਡੇ 'ਤੇ ਅੱਜ ਆਪਾਂ ਚੱਲੇ ਹਾਂ ਫਿਰ ਆਪਣੀ ਗੱਡੀ ਦੀਆਂ ਲਾਈਟਾਂ ਵਗੈਰਾ ਲਵਾਉਣ, ਵੀ ਕੱਲ੍ਹ ਤਾਂ ਮਤਲਬ ਲੇਟ ਹੋ ਗਏ ਸੀ ਬਹੁਤ ਜ਼ਿਆਦਾ, ਅੱਜ ਵੀ ਲੇਟ ਹੀ ਹਾਂ, ਤਾਂ ਜਾ ਕੇ ਇੱਕ ਵਾਰੀ ਬਾਈ ਉਹਨਾਂ ਨੂੰ ਪੁੱਛਦੇ ਆ ਕਿ ਲਾ ਦੇਣਗੇ, ਪਿਛਲਾ ਕੈਮਰਾ ਵੀ ਲਵਾਉਣਾ ਵਾ, ਮੈਨੂੰ ਐਂ ਕਿ ਯਾਰ ਲਵਾ ਦੇਣ, ਕਿਉਂਕਿ ਤੁਹਾਨੂੰ ਪਤਾ ਤਾਂ ਹੈ ਯਾਰ ਲੇਟ ਰੋਜ਼ ਹੀ ਹੋ ਜਾਂਦੇ ਵੀਡੀਓ ਵਗੈਰਾ ਕਰਕੇ। ਬਾਕੀ ਅੱਜ ਵਧੀਆ ਲੱਗ ਰਹੀ ਹੈ ਆਪਣੀ ਗੱਡੀ, ਮਤਲਬ ਧਵਾ ਕੇ, ਪਹਿਲਾਂ ਤਾਂ ਬਾਹਲੀ ਪੁਰਾਣੀ ਲੱਗ ਰਹੀ ਸੀ, ਜਿਵੇਂ ਮਤਲਬ 2 ਸਾਲ ਹੋ ਗਏ ਹੁੰਦੇ ਲਈ ਨੂੰ, ਮਾੜੀ ਮੋਟੀ ਵੀ ਗੰਦੀ ਹੋ ਜਾਂਦੀ ਇੱਦਾਂ ਲੱਗਣ ਲੱਗ ਜਾਂਦੀ ਆ, ਬਟ ਜਦੋਂ ਧਵਾ ਲਈਏ ਫਿਰ ਨਾਲ ਹੀ ਨਵੀਂ ਵੀ ਲੱਗਣ ਲੱਗ ਜਾਂਦੀ ਆ। ਹੁਣ ਪਹੁੰਚ ਤਾਂ ਗਏ ਆ, ਪਰ ਬਾਈ ਹੁਣੀ ਕਰ ਦੇਣ ਫੇਰ ਹੀ ਆ, ਨਹੀਂ ਤਾਂ ਤੂੰ ਲਾ ਦੀ, ਤੂੰ ਲਾ ਦੀ ਆ, ਤੇਰੀ ਸ਼ਕਲ ਹੀ ਉਹ ਜੀ ਆ, ਕਾਮਿਆਂ ਵਾਲੀ ਮੇਰੇ ਵਰਗੀ, ਕਿੰਨੇ ਪੈਸੇ ਲਏਗਾ ਜੇ ਤੂੰ ਲਾਏਗਾ ਤਾਂ, ਮੈਂ ਲਾ ਤਾਂ ਦੂੰਗਾ ਜਗਣੀ ਆਣੀ। ਇੱਥੇ ਬਾਬੇ ਸਾਰੇ ਇੰਡੀਕੇਟਰ ਜਗ ਪੈਣੇ ਆ, ਲਾਈਟਾਂ ਸਾਰੀਆਂ ਡੈਸ਼ਬੋਰਡ ਦੀਆਂ, ਪਟਾਕਾ ਹੀ ਬਣਾ ਦਿੰਦੇ ਆ ਯਾਰ, ਝਾੜੀ ਜਾਣੀ। ਨਹੀਂ ਨਹੀਂ ਰਹਿਣ ਦੇ ਮੇਰੇ, ਇਹਨੇ ਵੈਸੇ ਇਲੈਕਟ੍ਰੀਸ਼ਨ ਦਾ ਕੋਰਸ ਕੀਤਾ ਹੋਇਆ ਨਾ, ਪਰ ਫਾਇਦਾ ਕੀ ਆ ਭਰਾਵਾ, ਅਜੇ ਤੱਕ ਕੋਈ ਕੰਮ ਨਹੀਂ ਆਇਆ ਹੈਗਾ, ਕੰਮ ਨਹੀਂ ਆਉਣ ਵਾਲਾ ਹੈਗਾ। ਲੱਗਣੀ ਕਿਵੇਂ ਗਾਈਸ, ਫੁੱਕਣਾ।
ਹੁਣ ਆਪਾਂ ਲਾਈਟ ਤਾਂ ਲੈ ਆਏ ਹੋਏ ਆ ਨੀਚੇ ਲਾਉਣ ਵਾਲੀ ਤੇ ਬਾਕੀ ਸਹੀ ਜੀ ਕੰਪਨੀ ਦੀ ਆ ਓਏ ਕਿੱਧਰ ਨੂੰ ਤੇ ਇਹ ਆ ਮੇਡ ਇਨ ਚਾਈਨਾ ਬਾਕੀ ਆਪਾਂ ਨੂੰ ਰੇਟ ਵੀ ਬਿਲਕੁਲ ਸਹੀ ਜਿਹਾ ਮਿਲ ਗਿਆ ਇਹ ਹੈਗੀ ਆ 1300 ਰੁਪਏ ਦੀ ਲਾਈਟ ਆਏ ਤੇ ਬਾਕੀ ਤੁਸੀਂ ਦੇਖ ਸਕਦੇ ਹੋ 8 ਮਿਲੀਅਨ ਰੰਗ ਕੀ ਓ ਕਿੰਨੇ ਕੀ 8 ਮਿਲੀਅਨ 8 ਮਿਲੀਅਨ ਰੰਗ ਕੱਢਦੀ ਆ ਕਹਿਣ ਦੀਆਂ ਗੱਲਾਂ ਹੀ ਹੁੰਦੀਆਂ ਨੇ ਚਲੋ ਬਾਕੀ ਹੈ ਨਾ ਤੁਸੀਂ ਆ ਦੇਖ ਸਕਦੇ ਹੋ ਇਹ ਲੈਂਬੋਰਗਿਨੀ ਆ ਕਿਹੜੀ ਆ ਇਹ ਹਾਂ ਉਹ ਹੀ ਕੋ ਲਾ ਲਓ ਟੈਸਲਾ ਟੁਸਲਾ ਤੇ ਉਹਨਾਂ ਤੇ ਲੱਗੀਆਂ ਹੁੰਦੀਆਂ ਨੇ ਹੁਣ ਅਸੀਂ ਲਵਾਵਾਂਗੇ ਤੇ 1250 ਦੀਆਂ ਇਹ ਨੇ 1250 ਪਤਾ ਨਹੀਂ 1300 ਦੀਆਂ ਮਤਲਬ ਤੁਹਾਨੂੰ ਇੰਨੀ ਕੀ ਦਿੱਤੀ ਆ ਉਹਨਾਂ ਨੇ ਪਤਾ ਨਹੀਂ ਪੇਟੀਐਮ ਬਾਕੀ ਦਾ ਲਵਾਉਣੀ ਆ ਉਹਦੇ ਪੈਸੇ ਤੇ ਬਾਕੀ ਇੰਨੇ ਕਿੰਨੇ ਦੀ ਸੀ ਮੁੱਟਰ ਇਹ 1250 1250 ਦੀ ਸੀਗੀ ਇਹ ਹਾਂਜੀ ਇੱਥੇ ਲੱਗਣਗੇ ਮਤਲਬ ਪੱਟ ਪਟਾਈਏ ਤਾਂ ਨਹੀਂ ਹੋਣਾ ਪਹਿਲਾਂ ਤਾਂ ਬਾਹਲਾ ਹੋਇਆ ਸੀ ਪਿਛਲੀ ਵਾਰੀ ਹਾਂ ਤਾਰਾਂ ਤਾਂ ਚੱਲ ਹੋਣਗੀਆਂ ਜੀ ਬਾਕੀ ਕੰਮ ਕਪਲਰ ਟੂ ਕਪਲਰ ਹੁੰਦਾ ਹੈ ਨਾ ਤਾਂ ਕੋਈ ਵੀ ਕੱਟ ਨਹੀਂ ਲੱਗਦਾ ਗਾ ਵਾਇਰ ਨੂੰ ਲਾਈਟਾਂ ਕਿ ਉਹ ਵਾਲੀਆਂ ਲਗਾ ਲਓ ਕਿਉਂਕਿ ਇਹਨਾਂ ਦੀ ਥੋੜ੍ਹੀ ਗ੍ਰੇਸ ਘੱਟ ਹੋਊਗੀ ਬਟ ਆਪਾਂ ਨੂੰ ਹਜੇ ਪਤਾ ਨਹੀਂ ਆ ਆਪਾਂ ਲਵਾ ਕੇ ਟੈਸਟ ਕਰਾਂਗੇ ਪ੍ਰੋਪਰ ਤਰੀਕੇ ਨਾਲ ਦਿਖਾ ਕੇ ਉਦੋਂ ਬਾਅਦ ਹੀ ਆਪਾਂ ਦੇਖਾਂਗੇ ਕਿਵੇਂ ਦੀ ਲੱਗਦੀ ਹੈ ਕਿਵੇਂ ਦੀ ਨਹੀਂ ਜੇ ਨਾ ਵਧੀਆ ਲੱਗੀ ਤਾਂ ਆਪਾਂ ਜਿਹੜੀਆਂ ਬਾਈ ਨੇ ਸਜੈਸਟ ਕੀਤੀਆਂ ਨੇ ਉਹ ਵੀ ਲਵਾ ਲਾਂਗੇ ਉਹ ਤਾਂ ਬਹੁਤ ਛੋਟੇ ਛੋਟੇ ਬੱਲਬ ਜਿਹੇ ਨੇ ਯਾਰ ਤੁਹਾਨੂੰ ਦਿਖਾਏ ਸੀ ਜਿਹੜੇ ਕਿੰਨੇ ਤੇਜ਼ ਜਗੇ ਸੀਗੇ ਨਾ ਉਹਦਾ ਚਾਰ ਚਾਰ ਲੱਗਣੇ ਆ ਪੰਜ ਪੰਜ ਇੱਕ ਸਾਈਡ 'ਤੇ ਉਹਨਾਂ ਨੇ ਤਾਂ ਮਤਲਬ ਨਰਾਤਾ ਕਰ ਦੇਣਾ ਬੜੀ ਨਾਲੇ ਬਹੁਤ ਸਸਤੇ ਆ ਉਹ ਬਾਈ ਨੂੰ ਬਾਹਲਾ ਔਖਾ ਹੋ ਰਿਹਾ ਮੈਂ ਜਾ ਕੇ ਸੈੱਟ ਕਰ ਗੱਡੀ ਟੇਢੀ ਕਰਦੇ ਯਾਰ ਬਾਈ ਨੂੰ ਸੌਖਾ ਹੋ ਜੂਗਾ ਥੋੜ੍ਹਾ ਕਰਦੇ ਟੇਢੀ ਕਰਦੇ ਨਾੜ ਨਾ ਚੜਾ ਲਈ ਦਿਹਾੜੀ ਪਾ ਕੇ ਚੱਕ ਕਢਾਈ ਉਹਨਾਂ ਦਾ ਚੈਨ ਲਾ ਤੇਰੀ ਚੈਨ ਖੋਲਣੀ ਉਹਨਾਂ ਨੇ ਅਗਲਾ ਇਗਨੋਰ ਕਰਦਾ ਵੀਰੇ ਕਰਤਾ ਨਾ ਇਗਨੋਰ ਝਾਕਦਾ ਹੀ ਨਹੀਂ ਬਾਈ ਨੇ ਦੇਖ ਲਾ ਬਾਈ ਅੱਕਿਆ ਉਹਦੇ ਤਾਂ ਘੁੱਟ ਵੀ ਦੇਣਾ ਉਹਨੇ ਬਾਈ ਕਹਿੰਦਾ ਉਹ ਟਿਕਦਾ ਹੀ ਨਹੀਂ ਉਹ ਭੱਜੇ ਹੀ ਫਿਰਦਾ ਮੈਂ ਟਿਕ ਨਹੀਂ ਸਕਦਾ ਕਿਸੇ ਥਾਂ ਤੇ ਮੈਨੂੰ ਐਂਟਰਟੇਨਮੈਂਟ ਚਾਹੀਦਾ ਹਰੇਕ ਚੀਜ਼ ਦੇ ਇਹਨੂੰ ਜਵਾਕ ਵੀ ਭਜਾਤਾ ਇੱਥੇ ਬੇਟਾ ਜਿਹੜਾ ਉਹ ਤੇ ਭੱਜ ਗਿਆ ਯਾਰ ਉਹਨੇ ਮੈਨੂੰ ਦੇਖ ਕੇ ਰੋਣ ਹੀ ਲੱਗ ਗਿਆ ਸ਼ਕਲ ਰੋਣ ਵਾਲੀ ਬਣਾ ਲਈ ਲੱਗ ਹੀ ਗਈ ਫਿਰ ਰੋਣ ਉਹ ਉਹਨੂੰ ਚੱਕ ਕੇ ਲੈ ਗਿਆ ਕੋਈ ਯਾਰ ਮੈਂ ਇੰਨਾ ਵਾੜਾ ਯਾਰ ਮੈਂ ਬਾਈ ਦੇਖੋ ਪੱਗ ਬੰਨੀ ਸਾਊ ਜਿਹਾ ਮੁੰਡਾ ਯਾਰ ਬਾਲਾ ਸਾਊ ਬਾਈ ਨੂੰ ਲੰਬਾ ਪਾਤਾ ਉੱਪਰ ਲਵਾ ਦੇ ਬਾਲੋ ਲਵਾ ਦੇ ਜਹਾਜ਼ ਦੇਖਣਗੇ ਫਿਰ ਜਾਂਦੇ ਹੋਏ ਹੈ ਨਾ ਕਾਵਾਂ ਕੁਵਾਂ ਨੂੰ ਮਤਲਬ ਸੌਖਾ ਰਹੂਗਾ ਦੇਖਣਾ ਜਹਾਜ਼ਾਂ ਨੂੰ ਸੌਖਾ ਨਹੀਂ ਕੀ ਕਹਿ ਰਿਹਾ ਯਾਰ ਤੂੰ ਕੀ ਕਹਿ ਰਿਹਾ ਜਾ ਯਾਰ ਆਪਾਂ ਜਾ ਓਏ ਉਹ ਤੇਰੇ ਲਈ ਕੁਰਸੀ ਲੈ ਕੇ ਆ ਬਾਈ ਬਹਿ ਜਾ ਕੇ ਉਹ ਦੇ ਕਾਵਾਂ ਚੱਕ ਕੇ ਲੈ ਗਿਆ ਮੇਰੀ ਕੁਰਸੀ ਇੱਥੇ ਪਈ ਸੀਗੀ ਚੋਂ ਇੱਜ਼ਤ ਨਹੀਂ ਕਰ ਰਹੀ ਯਾਰ ਜਮਾ ਨਹੀਂ ਹੋ ਰਹੀ ਬਾਈ ਹੋ ਗਿਆ ਉਹ ਜਾਂਦਾ ਤੇ ਬਾਈ ਕੁਰਸੀ ਬਾਈ ਮੈਂ ਉੱਥੇ ਬੈਠਾ ਸੀਗਾ 2 ਮਿੰਟ ਉੱਠਾ ਚੱਕ ਕੇ ਭੱਜ ਗਿਆ ਬਾਈ ਕੈਮਰਾ ਲੱਗਣਾ ਉਦੋਂ ਤਾਂ ਬਹੁਤ ਟਾਈਮ ਲੱਗ ਗਿਆ ਉਦੋਂ ਤਾਂ ਬਹੁਤ ਲੱਗ ਗਿਆ ਇੱਕ ਇੱਕ ਟਾਇਰ ਨੂੰ ਘੰਟਾ ਲੱਗ ਗਿਆ ਕੈਮਰਾ ਇੱਥੇ ਲੱਗੂ ਕਿੱਥੇ ਲੱਗੂ ਇੱਥੇ ਆ ਜੀ ਇਹ ਤਾਂ ਸੈਂਸਰ ਆ ਜੀ ਸੈਂਸਰ ਆ ਇੱਥੇ ਉੱਥੇ ਹੀ ਲੱਗਦਾ ਨਾ ਕਦੇ ਆ ਤਾਂ ਨਹੀਂ ਯਾਰ ਆ ਜੀ ਮੋਟਰ ਵੀਰੇ ਜੀ ਵੀਰੇ ਗੱਡੀ ਵੱਡੀ ਲੈਣੀ ਪੈਣੀ ਆ ਯਾਰ ਲਾਈਟਾਂ ਵੱਧ ਗਈਆਂ ਯਾਰ ਗਾਈ ਲਾਈਟਾਂ ਕਰਕੇ ਸਾਨੂੰ ਗੱਡੀ ਨਵੀਂ ਲੈਣੀ ਪੈਣੀ ਹੈ ਬਾਈ ਜੀ ਕਰੋ ਕੋਈ ਹੱਲ ਇੰਨਾ ਖਰਚਾ ਨਹੀਂ ਕਰ ਸਕਦੇ ਯਾਰ ਹੱਲ ਤਾਂ ਹੁਣ ਬਾਈ ਜੀ ਦੱਸਣਗੇ ਹੱਲ ਤਾਂ ਉਹਨੂੰ ਸਾਈਡ 'ਚ ਤੇ ਐਂ ਜੇ ਕਰ ਦੋ ਲੁਕੋ ਜੇ ਤਾਂ ਉਹ ਸਾਈਡ 'ਤੇ ਇਹੀ ਹੋ ਸਕਦਾ ਇਹ ਤਾਂ ਹੈ ਹਾਂ ਰਹਿਣ ਦਿਓ ਤੋੜਨ ਨੂੰ ਰਹਿਣ ਦਿਓ ਲੜੀ ਇੱਦਾਂ ਕਰ ਦਿੰਦੇ ਆ ਫਿਰ
कर दो कड़ा दिखना ज्यादा मोटर ने काम वाला समझाया घरद्यान भी दिखाने ते रिएक्शन देखते हैं ऐतकी रिएक्शन तो मेरे फिर गालां लई होने आ मेरे ख्याल नाल तां हजार दी लगियां हर वारी ना बावे विधा के दसदा पैसे हर वारी दसदा मान लो 1200 दी लगियां ने ये दसूगा 6000 दियां 10000 दियां इदां दसदा ओ बुटर वीरे जे आपां ओ वालियां लाइटां लवा दईए इत्थे फिर इन्हां दी गल नहीं बनी है ना कहिंदे भाई गड्डी दी वारी बनाई पई है मडीर ने अच्छा आ लग गईयां लाइट तुसीं देख सकदे हो डिगन लगा ही ठीक पिछे खाली है भाई कहते डिगना चाहिए अच्छा ठीक है भाई लो भाई देखो माई गॉड बन गई गल है ना बटरा ठीक है बाबे दूर ही लश्कारे बहन गए ओए रंग बिरंगी ना देगा मैनू पसंद नहीं नीली लाइट देगा अच्छा लाइटा अपने इंस्टॉल हो चुकी ने बाकी बाई हुई अद्धिया कर भी रहे ने सैटिंग कर रहे हैं तुम आके दिखा दें बाकी बहुत वजिए लगी तो आप एक साफ जी जगह से जाके उ टैसटिंग करा वीडियो वगैरह बना के देखा तो बाकी यार रिसीवर नहीं पता लग रहा कितने आ जो आप रिमोट ना कंट्रोल करते हैं ना एडा क्यों होंगे रिडार जहा वो कितने बाई में पहुँचते हैं हजे नहीं होनी मेरे हिसाब लाया नहीं हजे ना लको रखा होता पेमेंट पई है हो गया हो गया हो गया हुण लग हुण लग इत समझ नहीं आ रही है अगे जाके देखते हैं कि साफ जी जगह बाई हूं हजे ला लिया कर रहे हम दिखा बई गल बन गई मैनू लग्या नहीं सी कि इन्नी ज्यादा शैडो इंदी पऊगी शैडो नहीं की कहिंदे लाइट पऊगी यार शैडो का तो पऊगी दस यार बाकी वधिया यार ओवरऑल तां रिसीवर जा देखिए कित्थे है इहदा रिसीवर पता आ इत्थे कित्थे आ उतर के करया करांगे कड़ता मेरे बार ठीक है ए मारदा जे ठीक है लो आपां नूं इत्थों उतर के एसकलोड करना पैना काम बाकी हम ऑलमोस्ट आपां नूं 2 घंटे के करीब नहीं 1.5 घंटा हो गया इत्थे आया नूं बाकी हो तो गई चलो यही बहुत वड्डी गल है क्योंकि मैनूं लग्या नहीं अज हो जाणगीआं फिर भी बाई हुणी कर दिंदे चल वधिया गल आ ते अपनी फिटिंग दे बाई हुणां ने लैणे अपने तो 300 रुपये तो आपां नूं टोटल 1500 रुपये पै गईआं बट गलबात तां फिर हैगी है ना ते बाकी इह हुंदीआं ने चाइनीज़ लाइट इहदा कोई भरोसा नहीं हुंदा कदों बंद होगी इह तां इह वी गल आ इक बाकी कोई चक्कर नहीं यार 1500 तो कोई माड़ा नहीं जिन्ने दिन भी कट्टणगे वधिया कट्टे जाणगे तुहानूं एक होर गल दस दिंदे आ कि आपां नूं कई जणे पुछ रहे सीगे ना भी बाकी लाइटां किन्ने दियां लगियां ने जो कि इहदियां जो कि अपनी कड़ियां सीगियां एक तां एटमोसफेयर लाइट सीगियां अंदरले पासे एक सीगियां व्हील वालियां तां व्हील वाली लाइटिंग आपां नूं पई सी अराउंड 1300 रुपये जो कि है ना पार्किंग चलदी आ दूजी चलदी आ नॉर्मल तां उह ਤੇ ਐਟਮੋਸਫੇਅਰ ਲਾਈਟ ਪਈ ਸੀ ਆਪਾਂ ਨੂੰ 400 ਰੁਪਏ ਦੀ ਪਰ ਨਹੀਂ 450 ਦੀ 450 ਜੀ ਕੁਛ ਤਾਂ ਇਹ ਟੋਟਲ ਮੈਨੂੰ ਹੁਣ ਆਪੇ ਹਿਸਾਬ ਲਾ ਲਓ 1700 ਰੁਪਇਆ ਹੋ ਗਿਆ ਉਸ ਤੋਂ ਬਾਅਦ 700 ਰੁਪਇਆ ਆਪਣਾ ਲੱਗਿਆ ਸੀ ਫੀਟਿੰਗ 'ਤੇ ਹਾਂ ਅਤੇ 200 ਰੁਪਏ ਦੀਆਂ ਲੱਗੀਆਂ ਸੀਗੀਆਂ ਤਾਰਾਂ
ਜਿਹੜੀ ਫਿਟਿੰਗ ਕਰਾਈ ਸੀ ਵੀਡੀਓ ਤਾਰ ਨਹੀਂ ਸੀਗੀ 1 mm ਵਾਲੀ ਤਾਰ ਹੁੰਦੀ ਆ ਉਹ ਉਹਨਾਂ ਥੋੜ੍ਹੀ ਫਿਟਿੰਗ ਜੀ ਹੋ ਜਾਂਦੀ ਆ ਤਾਂ ਆਪਾਂ ਨੂੰ ਪਿਛਲੇ ਵਲੋਗ 'ਚ ਬਹੁਤ ਕਮੈਂਟ ਆ ਰਹੇ ਸੀ ਵੀ ਪੈਸੇ ਤਾਂ ਦੱਸੋ ਕਿੰਨੇ ਲੱਗੇ ਆ ਤਾਂ ਆਪਾਂ ਇਹ ਵਲੋਗ ਵਿੱਚ ਕਲੀਅਰ ਕਰਤਾ ਕਿ ਆਲਮੋਸਟ ਆਪਣਾ 2500-4000 ਰੁਪਈਏ ਵਿੱਚ ਲੱਗਿਆ ਨੇ ਓਵਰਆਲ ਸਾਰੀਆਂ ਆਲਮੋਸਟ ਬਾਕੀ ਹੁਣ ਆਪੇ ਲਾ ਲਿਓ ਯਾਰ ਹੁਣ ਇਹ ਵੀ ਆਪਾਂ ਵਾਈਟ ਪਵਾ ਹੀ ਲੈਂਦੇ ਹਾਂ ਕਿ ਟੈਕਸੀ ਜਿਹੇ ਵਾਲੇ ਆ ਤਾਂ ਇਹ ਵੀ ਹੁਣ ਵਾਈਟ ਪਾ ਦਿੰਦੇ ਹਾਂ LED ਹੁਣ ਤੇਰੇ ਲਈ ਇੱਥੇ ਆਲ ਆਊਟ ਲਵਾ ਦੀ ਆਊਟ ਹੋ ਜਾ ਇੱਥੋਂ ਐਲਈਡੀ ਲਾਈਟਸ ਹੁਣ ਜੂਸ ਪੀਣ ਆਏ ਹੋਏ ਹਾਂ ਅਤੇ ਬਾਈ ਨੂੰ ਇੱਕ ਆਪਾਂ ਗੱਲ ਕਹਿਤੀ ਅਸੀਂ ਕਿਹਾ ਵੀ ਭੁੱਖ ਇੰਨੀ ਕੁ ਜ਼ਿਆਦਾ ਲੱਗੀ ਹੈ ਨਾ ਕਿ ਅਜੇ ਤਾਂ ਮਾਵਾਂ ਤਰ੍ਹਾਂ ਹੀ ਬਣਾ ਕੇ ਪਏ ਜਿਵੇਂ ਮਾਵਾਂ ਪਿਆਉਂਦੀਆਂ ਨੇ ਨਾ ਪੂਰੀ ਰੀਝ ਨਾਲ ਬਣਾ ਕੇ ਕਿਸੇ ਚੀਜ਼ ਨੂੰ ਬਾਈ ਕਹਿੰਦਾ ਠੀਕ ਆ ਅਤੇ ਅੱਜ ਮੈਂ ਮਾਂ ਬਣ ਜਾਂਦਾ ਓਏ ਆਹ ਕੀ ਆ ਦੇਖੀ ਖਰਗੋਸ਼ ਆ ਪੁੱਟਰ ਵੀਰੇ ਤਾਂ ਰੱਬ ਹੀ ਆ ਓਏ ਕੀ ਆ ਓਏ ਆਹ ਕੀ ਸੀ ਓਏ ਆਹ ਕੀ ਆਹ ਚੀਜ਼ ਕੀ ਸੀ ਚਲੇ ਜਾਣਾ ਇਦਾਂ ਭੱਜ ਗਿਆ ਅੰਦਰ ਨੂੰ ਵੀਰੇ ਨਾ ਕੁੱਤਾ ਸੀ ਨਾ ਕੁਛ ਹੋਰ ਸੀ ਹੁਣ ਆਪਾਂ ਇੱਥੇ ਆਏ ਹਾਂ LED ਚੈੱਕ ਕਰਨ ਕਿ ਕਿਵੇਂ ਦੀ ਲੱਗਦੀ ਆ RGB ਲਾਈਟਸ ਤੁਸੀਂ ਦੇਖ ਸਕਦੇ ਹੋ ਆਪਣੀ ਮਤਲਬ ਐਕਸਪੈਕਟੇਸ਼ਨ ਤੋਂ ਜ਼ਿਆਦਾ ਵਧੀਆ ਹੀ ਨੇ ਤੁਹਾਨੂੰ ਇਹ ਨੀਲੀ ਲੱਗਦੀ ਹੋਣੀ ਆ ਬਟ ਇਹ ਪਰਪਲ ਲਾਈਟ ਆ ਬਟ ਰੇਲ ਵਿੱਚ ਇਹ ਮੈਨੂੰ ਸਭ ਤੋਂ ਘੈਂਟ ਲੱਗੀ ਉਹ ਹੌਲੀ 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 ਓਏ ਹੌਲੀ 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 ਖੜਦਾ ਖੜਦਾ ਓਏ ਖੜਦਾ ਖੜਦਾ ਓਏ ਥੋੜ੍ਹੀ ਹੌਲੀ ਚਲਾ ਭਰਾਵਾ ਮੇਰੇ ਟਾਇਰਾਂ ਵਾਲੇ ਬੂਟ ਨਹੀਂ ਪਾਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੇਖੀ ਤਿਆਰ ਹੀ ਵਰਦਾ ਖੜ ਜਾ ਥੱਪੜ ਲਾਵਾਂ ਤੇਰੇ ਸ਼ੀਸ਼ਾ ਥੱਲੇ ਕਰ ਲੇਟਾਂ ਦੇਖਾਂ ਹੋਰ ਵੱਧਦੀਆਂ ਉਹ ਕਹਿੰਦੇ ਬਹੁਤ ਇੰਨੀ ਵਧਣੀਆਂ ਵਾ ਅਤੇ ਹੁਣ ਆਪਾਂ ਰੈੱਡ ਕਰਕੇ ਦੇਖਦੇ ਹਾਂ ਯਾਰ ਥੋੜ੍ਹਾ ਦਿੱਕਤ ਹਾਂ ਇੱਥੇ ਆ ਹੁਣ ਦੇਖਦੇ ਹਾਂ ਕਹਿੰਦੇ ਜੀ ਪ੍ਰਭ ਚਲਾ ਰਿਹਾ ਗੱਡੀ ਤਾਂ ਖਤਰਾ ਹੋ ਗਿਆ ਲਾਲ ਲਾਲ ਲਾਈਟਾਂ ਚੱਲ ਪਈਆਂ ਇੰਨੀ ਗੱਲ ਮੈਂ ਨੋਟ ਕੀਤੀ ਕੈਮਰੇ ਵਿੱਚ ਨਾ ਜਿਹੜੀ ਆਪਣੀ LED ਆ ਉਹ ਵੀ ਬਲੂ ਲੱਗਦੀ ਆ ਯਾਰ ਵਾਈਟ ਵੀ ਇਹ ਨਹੀਂ ਵਧੀਆ ਹੋਰ ਤੁਸੀਂ ਦੇਖ ਸਕਦੇ ਹੋ ਇੱਕ ਪੀਲਾ ਰੰਗ ਵੀ ਇਹਦੇ ਵਿੱਚ ਅਤੇ ਪੀਲਾ ਕਿਹੋ ਜਿਹਾ ਹੋਏ ਨਿਊਨ ਜਿਹਾ ਬਾਕੀ ਇੱਕ ਗੱਲ ਨੋਟ ਕੀਤੀ ਕਿ ਰੇਲ ਵਿੱਚ ਥੋੜ੍ਹਾ ਡਿਫਰੈਂਸ ਆ ਮਤਲਬ ਇਸ ਟਾਈਮ ਮੈਨੂੰ ਇਹ ਦਿਖ ਰਹੀ ਆ ਥੋੜ੍ਹੀ ਹਰੀ ਜੀ ਬਟ ਕੈਮਰੇ ਵਿੱਚ ਦੇਖੀਏ ਤਾਂ ਇਹ ਮਤਲਬ ਥੋੜ੍ਹੀ ਜਾਮਣੀ ਜਿਹੀ ਟਾਈਪ ਆ ਜਾਂਦੀ ਹੈ ਨਾ ਥੋੜ੍ਹੀ ਬਲੂ ਜੀ ਪਤਾ ਨਹੀਂ ਕਿਹੋ ਜੀ ਹੈ ਪਾਰਕਿੰਗ ਵਾਲੀਆਂ ਵੀ ਹਾਂ ਇਹ ਵੀ ਵਧੀਆ ਲੱਗਦੀਆਂ ਬਈ ਮੈਨੂੰ ਤਾਂ ਪਰਸਨਲੀ ਆਹੀ ਪਸੰਦ ਆਈ ਬਲੂ ਲਾਈਟ ਓਏ ਹਾਂ ਬਲੂ ਜ਼ਿਆਦਾ ਘੈਂਟ ਲੱਗਦੀ ਆ ਬਾਕੀ ਜਿੱਥੇ ਵੀ ਫਿਰਦੇ ਨਾ ਰਸਤਾ ਬਹੁਤ ਸੁਨਸਾਨ ਆ ਇੱਥੇ ਕੋਈ ਵੀ ਨਹੀਂ ਦਿਖਦਾ ਨਾ ਇੱਥੇ ਕੋਈ ਘਰ ਆਸੇ ਪਾਸੇ ਜੇ ਹੈਗੇ ਤਾਂ ਕੋਈ ਰਹਿੰਦਾ ਨਹੀਂ ਉੱਥੇ ਤਾਂ ਮਤਲਬ ਦੇਖਣ ਨੂੰ ਡਰ ਜਿਹਾ ਲੱਗਦਾ ਟ੍ਰੇਨਾਂ ਜਾ ਰਹੀਆਂ ਉਹਦੇ ਤਾਂ ਤੁਹਾਨੂੰ ਦੁਬਾਰਾ ਦਿਖਾਉਂਦਾ ਪ੍ਰੋਪਰ ਇੱਕ ਚੀਜ਼ ਬਟ ਉੱਧਰ ਮੂੰਹ ਕਰਕੇ ਲਾ ਦਿਓ ਉੱਧਰ ਮੂੰਹ ਕਰਕੇ ਓਏ ਓਏ ਆ ਗਈ ਆ ਗਈ ਆ ਗਈ ਹੈਲੋ ਆ ਗਈ ਸੀ ਚਲਦੀ ਗੱਡੀ 'ਚ ਉਤਰਦਾ ਓਏ ਸੰਜੇ ਦਾ ਤਾਂ ਬੰਦਾ ਓਏ ਰਿਐਕਸ਼ਨ ਕਰਨ ਲੱਗੇ ਹੈ ਆ ਗਈ ਸੀ ਪਿੱਛੇ ਭਾਵੇਂ ਤੇਰੇ ਰੀਲਾਂ ਬਣ ਜਾਂਦੀਆਂ ਦੂਜੀਆਂ ਉੱਧਰ ਮੂੰਹ ਕਰਕੇ ਲਾ ਦੇਂਦਾ ਹੁਣ ਆਪਾਂ ਘਰੇ ਆ ਚੁੱਕੇ ਹਾਂ ਅਤੇ ਇੱਕ ਵਾਰੀ ਅਮਨ ਨੇ ਮਾੜਾ ਜਿਹਾ ਦੇਖ ਲਿਆ ਬਾਹਰੋਂ ਪਰ ਫਿਰ ਵੀ ਇਹਨੂੰ ਪੁੱਛਦਾ ਕਿਵੇਂ ਲੱਗੀ ਹਾਂ ਵੀ ਅਮਨ ਮੈਂ ਕਿਹਾ ਜੰਨਤ ਹੀ ਆ ਇਸ ਤੋਂ ਅੱਗੇ ਤਾਂ ਦੁਨੀਆ ਐਂਡ ਆ ਬਸ ਮੰਮੀ ਕਿੱਥੇ ਐਂ ਲੱਗਦਾ ਜਿਵੇਂ ਆਪਦਾ ਹੀ ਰਸਤਾ ਬਣਾ ਕੇ ਜਾਂਦੀ ਹੁੰਦੀ ਹੈ ਨਾ ਮੰਮੀ ਤਾਂ ਅੰਦਰ ਆ ਬੁਲਾਈ ਮਾੜਾ ਜਿਹਾ ਮੰਮੀ ਮੰਮੀ ਦਾ ਦੇਖਦੇ ਆ ਰਿਐਕਸ਼ਨ ਬਸ ਗਾਲਾਂ ਨਾ ਪੈਣ ਗਾਲਾਂ ਤਾਂ ਫਿਰ ਨਹੀਂ ਪੈਂਦੀਆਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇੱਦਾਂ ਦਾ ਕੋਈ ਨਾ ਕਰਾਈ ਕੀ ਪਤਾ ਪਸੰਦ ਹੋ ਹਾਂ ਜੀ ਮੰਮੀ ਦੀ ਕਿਵੇਂ ਸੋਹਣੀਆਂ ਸੋਹਣੀਆਂ
ਸ਼ੁਕਰ ਹੈ ਵਾਹਿਗੁਰੂ ਵਾਹਿਗੁਰੂ ਜੀ ਵਧੀਆ ਲੱਗਦੀਆਂ ਮੀ ਟੈਰਾਂ ਚ ਲਵਾਈਆਂ ਸੀਗੀਆਂ ਤੇ ਓਦਣ ਹੀ ਅੰਦਰ ਲਵਾਈਆਂ ਸੀਗੀਆਂ ਪਖੰਡ ਹੁੰਦਾ ਹੈ ਬਾਬੇ ਜਾਣ ਕੇ ਮਤਲਬ ਸਿਰਫ ਇਹ ਲੇਟ ਨੀ ਹੈਗੀ ਇਹ ਹੋਰ ਵੀ ਨੇ ਆਹ ਦੇਖੋ ਵਧੀਆ ਨਾ ਉਹ ਯਾਰ ਤੁਸੀਂ ਚੀਜ਼ ਤਾਂ ਦੇਖੋ ਇੱਕ ਵਾਰੀ ਗਾਲਾਂ ਬਾਹ ਚੋਂ ਕੱਢ ਲਿਓ ਟੋਟਲ ਮਿਲਾ ਕੇ 4000 ਦੀਆਂ ਲੱਗੀਆਂ ਟੋਟਲ ਆਹ ਵੀ ਅੰਦਰਲੀਆਂ ਵੀ ਤੇ ਉਹ ਵੀ 5000 ਇਹ ਤੂੰ ਨਾਲ ਗਿਆ ਵਾ ਮੇਰੇ 4000 ਚਲੋ ਹਾਂ ਹੋ ਸਕਦਾ ਬਾਕੀ ਆ ਮੈਨੂੰ ਆਹ ਵਾਲੀ ਘੈਂਟ ਲੱਗੀ ਦੇਖੀਏ ਆਪਦੀ ਮਰਜ਼ੀ ਇਹਦੇ ਤੇ ਹੋ ਜਾਂਦਾ ਨਾ ਦੇਖ ਰੰਗ ਬਰੰਗੀਆਂ ਕਰਕੇ ਦੇਖ ਉਧਰੇ ਮੈਂ ਤਫਾ ਮਾਰ ਕੇ ਨਾ ਤੇਰੀ ਮੈਂ ਧੁਈ ਸਿੱਧੀ ਕਰ ਦੇਣੀ ਆ ਦੀ ਮੰਮੀ ਦੀ ਗੱਲ ਵੀ ਕੀ ਮੰਮੀ ਕੀ ਪੈਸਾ ਥੋੜਾ ਲਾਈਦਾ ਹੁੰਦਾ ਪੁੱਤ ਪੈਸੇ ਪਹਿਲਾਂ ਕੋ ਹੋਰ ਕਿਹਾ ਸੀ ਪਹਿਲਾਂ ਕੋ ਹੋਰ ਕਿਹਾ ਸੀ ਝੂਠੇ ਨੇ ਦੇਖੋ ਬਾਈ ਹੁਣ ਤੋਂ ਸਾਰੀਆਂ ਤਾਂ ਮੰਮੀ ਇਹੀ ਨਾ ਇਦੂ ਵੱਧ ਹੁਣ ਮੈਂ ਇਹਦੇ ਵਿੱਚ ਕਿਹੜੀ ਰਿੰਗਲੈਟਾਂ ਲਾ ਦਾਂ ਖੱਬੇ ਪਾਸੇ ਚਾਹ ਮੰਮੀ ਦੇਖੋ ਹੁਣ ਤੁਹਾਨੂੰ ਮੈਂ ਗੱਲ ਕੀਤੀ ਸੀ ਉਹ ਵਾਲੀ ਕਿ ਕਈ ਲੋਕ ਨਸ਼ੇ ਦੇ ਪੈਸੇ ਲਾ ਦਿੰਦੇ ਹੈ ਨਾ ਬਾਕੀ ਤੁਹਾਨੂੰ ਵੀ ਵਧੀਆ ਲੱਗਦਾ ਮੈਨੂੰ ਵਧੀਆ ਲੱਗਦੀ ਹੈ ਚੀਜ਼ ਦੇਖ ਕੇ ਤੁਸੀਂ ਵੀ ਇੰਜੋਏ ਕਰਦੇ ਹੋ ਨਾ ਜੋ ਚੀਜ਼ ਅਸੀਂ ਕਰਾਉਂਦੇ ਹਾਂ ਸਾਡੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿੱਚ ਤੁਸੀਂ ਵੀ ਸ਼ਾਮਿਲ ਹੁੰਦੇ ਹੋ ਤਾਂ ਬਹੁਤ ਘੈਂਟ ਲੱਗਦਾ ਸਹੀ ਗੱਲ ਹੈ ਨਾ ਮੀ ਚਲੋ ਜੀ ਇੱਕ ਅੱਧੀ ਲਾਈਟ ਹੋਰ ਲਵਾ ਦਈਏ ਨਹੀਂ ਨਹੀਂ ਮਜ਼ਾਕ ਕਰ ਰਿਹਾ ਬਾਕੀ ਯਾਰ ਇਹੀ ਆ ਲਾਈਟਾਂ ਤਾਂ ਮੈਨੂੰ ਬਹੁਤ ਘੈਂਟ ਲੱਗੀਆਂ ਬਾਕੀ ਆਹ ਫੇਡ ਆ ਹੋਰ ਤਾਂ ਫਿਰ ਹੂਟਰ ਹੀ ਰਹਿ ਗਿਆ ਇੱਥੇ ਲਾਉਣ ਵਾਲਾ ਬਾਕੀ ਤੁਹਾਨੂੰ ਕਿਵੇਂ ਲੱਗੀ ਇਹ ਵੀ ਦੱਸਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਇਸ ਤਰ੍ਹਾਂ ਦੇ ਵੀਡੀਓਸ ਹੋਰ ਦੇਖਣ ਲਈ ਅਤੇ ਹੋਰ ਦੱਸੋ ਵਲੋਗ ਕਿਹੜੇ ਟੋਪਿਕ 'ਤੇ ਲੈ ਕੇ ਆਈਏ ਵੈਸੇ ਤਾਂ ਤੁਹਾਨੂੰ ਪਤਾ ਆਪਾਂ ਲੈ ਹੀ ਆਉਣੇ ਹਾਂ ਅਤੇ ਬਾਕੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਇਸ ਤਰ੍ਹਾਂ ਦੇ ਵਲੋਗ ਹੋਰ ਦੇਖਣ ਲਈ ਮੈਂ ਮਿਲਦਾ ਤੁਹਾਨੂੰ ਨੈਕਸਟ ਵਲੋਗ ਵਿੱਚ ਟਿਲ ਦੈਨ ਬਾਏ ਬਾਏ